कांग्रेस के भी मंत्री पकड़े ने, और मुलाजिम भी पकड़े ने, बिजनेस डिपार्टमेंट पूरा फुल फ्लेज काम कर रहा है, और डेफिनेटली अफसर से डर हैगा कि असी करप्शन नहीं कर। दूजा सी क्या सी कि नशा ते गैंगस्टर जिहड़े ने उह खत्म करांगे, ते उसके बाद 300 यूनिट फ्री सब नूं हो जाएगा, और ये साडी कमिटमेंट सी असी पूरी करती है। 2 साल के अंदर अंदर इत्थे असी पानी, नहर वाला पानी जिहड़ा फिल्टर करके वो घर घर तो घर पहुँचाया जाएगा। ਕੀਤੀਆਂ ਜਾਣਗੀਆਂ। ਜੇ ਪੁਰਾਣੀ ਸਰਕਾਰ ਦੀ ਗੱਲ ਕਰੀਏ, ਕਾਂਗਰਸ ਸਰਕਾਰ ਵੇਲੇ ਦੇ, ਤੇ ਕਾਫੀ ਜਿਹੜੇ ਕੇਸ ਨੇ ਤੁਹਾਡੀ ਸਰਕਾਰ ਆਉਣ ਤੋਂ ਬਾਅਦ ਖੁੱਲੇ ਨੇ ਕਿ ਮੰਤਰੀਆਂ ਦੀ, ਵਿਧਾਇਕਾਂ ਦੀ ਸਿਫਾਰਿਸ਼ਾਂ ਦੇ ਨਾਲ ਨੌਕਰੀਆਂ ਮਿਲੀਆਂ ਨੇ, 110 ਦੇ ਕਰੀਬ, 100 ਤੋਂ ਉੱਪਰ ਦੇ ਜਿਹੜੇ ਕੇਸ ਇਸ ਤਰੀਕੇ ਦੇ ਸਾਹਮਣੇ ਆਏ ਸੀ। ਜੇਕਰ ਉਹ ਨਵੀਂ ਭਰਤੀ ਹੋਏਗੀ ਤਾਂ ਸਰਕਾਰ ਵੱਲੋਂ ਕਿਸ ਤਰੀਕੇ ਦੀਆਂ ਹਦਾਇਤਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਜਾਂ ਜਿਹੜਾ ਸਟਾਫ ਹੈ ਭਰਤੀ ਦੇ ਲਈ, ਉਹਨਾਂ ਨੂੰ ਕਿਸ ਤਰੀਕੇ ਦੀਆਂ ਇੰਸਟਰਕਸ਼ਨ ਤੁਹਾਡੇ ਵੱਲੋਂ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ? ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਪਹਿਲਾਂ ਬੜੇ ਦਾਅਵੇ ਕੀਤੇ ਗਏ ਸੀ ਤੇ ਕਿਹਾ ਗਿਆ ਸੀ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਨੇ ਨਿਚੋੜ ਲਿਆ, ਤੇ ਅਸੀਂ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਪੰਜਾਬ ਦੇ ਕੈਬਨਿਟ ਮਿਨਿਸਟਰ ਨਾਲ ਹੀ ਚੀਫ ਖਾਲਸਾ ਦੀਵਾਨ ਦੇ ਮੁਖੀ ਡਾਕਟਰ ਇੰਦਰਵੀਰ ਸਿੰਘ ਨਿੱਜਰ ਮੌਜੂਦ ਨੇ। ਗੱਲਬਾਤ ਕਰ ਲੈਂਦੇ ਹਾਂ ਕਿ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕਿੰਨੇ ਕੁ ਰੰਗ ਤਿਆਰ ਹੋ ਚੁੱਕੇ ਨੇ ਤੇ ਇਸ ਪੰਜਾਬ ਦੇ ਵਿੱਚ ਕਿੰਨੇ ਕੁ ਰੰਗ ਪਾ ਦਿੱਤੇ ਗਏ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਸਮਰ ਨਿਊਜ਼ ਦੇ ਵਿੱਚ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਭਗਵੰਤ ਮਾਨ ਉਹਨਾਂ ਨੇ ਸਭ ਤੋਂ ਪਹਿਲੇ ਗੱਲ ਹੀ ਆਈ ਕਹੀ ਸੀ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਨੇ ਨਿਚੋੜ ਲਿਆ ਪੂਰੀ ਤਰ੍ਹਾਂ, ਪੰਜਾਬ ਦਾ ਖੂਨ ਨਿਚੋੜਿਆ ਗਿਆ ਤੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। 4 ਮਹੀਨੇ ਬੀਤ ਚੁੱਕੇ ਨੇ, ਤੁਸੀਂ ਇਸ ਵੇਲੇ ਕੈਬਨਿਟ ਮਿਨਿਸਟਰ ਵੀ ਹੋ, ਕਿਸ ਤਰੀਕੇ ਦੇ ਜਿਹੜੀਆਂ ਕੰਮ ਨੇ ਉਹ ਹੁਣ ਤੱਕ ਕਰ ਲਿੱਤੇ ਗਏ ਨੇ, ਤੇ ਜਿਹੜੀ ਗੱਲ ਕਹੀ ਜਾ ਰਹੀ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ, ਕੀ 4 ਮਹੀਨੇ ਪਹਿਲਾਂ ਜਿਹੜਾ ਪੰਜਾਬ ਸੀ ਜਿੱਥੇ ਖੜਾ ਸੀ, ਅੱਜ ਵੀ ਉੱਥੇ ਖੜਾ ਹੈ ਜਾਂ ਥੋੜ੍ਹਾ ਅੱਗੇ ਵਧਿਆ? ਦੇਖੋ, ਇਸ ਤਰ੍ਹਾਂ ਜੇ ਕਿ ਅਸੀਂ ਕਾਫੀ ਪ੍ਰੋਮਿਸ ਆਪਣੀਆਂ ਫੁਲਫਿਲ ਕਰ ਰਹੇ ਹਾਂ, ਜਿਵੇਂ ਅਸੀਂ ਕਿਹਾ ਸੀਗਾ ਕਿ ਭ੍ਰਿਸ਼ਟਾਚਾਰ ਨਹੀਂ ਹੋਣ ਦੇਵਾਂਗੇ। ਸੋ ਤੁਸੀਂ ਪਿਛਲੇ ਦਿਨ ਦੇਖਿਆ ਕਿ ਕਿੰਨੇ ਅਸੀਂ ਆਪਣਾ ਮੰਤਰੀ ਵੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪਕੜਿਆ, ਕਾਂਗਰਸ ਦੇ ਵੀ ਮੰਤਰੀ ਪਕੜੇ ਨੇ, ਹੋਰ ਮੁਲਾਜ਼ਮ ਵੀ ਪਕੜੇ ਨੇ, ਬਿਜ਼ਨਸ ਡਿਪਾਰਟਮੈਂਟ ਪੂਰਾ ਫੁੱਲ ਫਲੇਜ ਕੰਮ ਕਰ ਰਿਹਾ, ਔਰ ਡੈਫੀਨੇਟਲੀ ਅਫਸਰਾਂ 'ਚ ਇੱਕ ਡਰ ਹੈਗਾ ਕਿ ਅਸੀਂ ਕਰਪਸ਼ਨ ਨਹੀਂ ਕਰਨੀ, ਔਰ ਉਹਦਾ ਰਿਜ਼ਲਟ ਇਹ ਹੈ ਕਿ ਅੱਗੇ ਨੂੰ ਕੰਮ ਦੀ ਸਪੀਡ ਵਧੀ ਹੈ, ਕਿਉਂਕਿ ਫਾਈਲਾਂ ਨੱਪ ਕੇ ਨਹੀਂ ਬੈਠਦੇ, ਫਾਈਲਾਂ ਸਾਈਨ ਕਰੀ ਜਾਂਦੇ ਨੇ। ਦੂਜਾ ਅਸੀਂ ਕਿਹਾ ਸੀ ਕਿ ਨਸ਼ਾ ਅਤੇ ਗੈਂਗਸਟਰ ਜਿਹੜੇ ਨੇ ਉਹ ਖਤਮ ਕਰਾਂਗੇ। ਸੋ ਸਾਨੂੰ ਬੜਾ ਇੱਕ ਹੈਰੀਟੇਜ ਮਿਲਿਆ ਸੀ, ਹੈਰੀਟੇਜ ਵਿੱਚ ਬਹੁਤ ਜ਼ਿਆਦਾ ਗੈਂਗਸਟਰ, ਬਹੁਤ ਜ਼ਿਆਦਾ ਨਸ਼ਾ ਮਿਲਿਆ ਸੀਗਾ। ਸੋ ਕੁਦਰਤੀ ਗੱਲ ਟਾਈਮ ਤਾਂ ਲੱਗਦਾ ਹੀ ਹੈ, ਪਰ ਜਿਵੇਂ ਹੁਣ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਵੀ ਬੜਾ ਇਫੈਕਟਿਵਲੀ ਕੰਮ ਕੀਤਾ ਅਸੀਂ, ਔਰ ਬਿਲਕੁਲ ਅਸੀਂ ਨੱਡਰ ਹੋ ਕੇ ਕੰਮ ਕੀਤਾ, ਔਰ ਜਿਸ ਤਰ੍ਹਾਂ 2 ਜਿਹੜੇ ਗੈਂਗਸਟਰ ਸੀਗੇ ਨਿਊਟਰਲਾਈਜ਼ ਕੀਤੇ ਨੇ 2, ਅਤੇ ਇਹ ਸ਼ੋ ਹੋ ਰਿਹਾ ਕਿ ਸਾਡੀ ਇੰਟੈਂਸ਼ਨ ਜਿਹੜੀ ਹੈ ਉਹ ਬਿਲਕੁਲ ਕਲੀਅਰ ਹੈ, ਅਸੀਂ ਸਟੈਂਡ ਨਹੀਂ ਕਰਨਾ ਨਸ਼ਾ, ਔਰ ਜਿਹੜੇ ਗੈਂਗਸਟਰ ਨੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਤਾਂ ਕਿ ਮਾਹੌਲ ਚੰਗਾ ਬਣੇ, ਇੰਡਸਟਰੀ ਆ ਸਕੇ, ਲੋਕ ਡਰਨਾ ਬੰਦ ਕਰ ਦੇਣ, ਸਾਡੇ ਬੱਚੇ ਬਾਹਰ ਜਾਣਾ ਬੰਦ ਕਰ ਦੇਣ। ਸੋ ਇਹ ਜਿਹੜੀ ਪ੍ਰੋਮਿਸਿਸ 2 ਸੀਗੇ। 3 ਪ੍ਰੋਮਿਸਿਸ ਤੁਹਾਨੂੰ ਇਹ ਵੀ ਕੀਤੀ ਸੀਗੀ ਕਿ ਅਸੀਂ ਤੁਹਾਨੂੰ ਲਾਈਟ ਫ੍ਰੀ ਦਾਂਗੇ, ਸੋ ਉਹ ਅਨਾਊਂਸ ਕਰਤਾ ਅਸੀਂ ਕਿ ਜਿਹੜੇ ਪੁਰਾਣੇ ਬਿੱਲ ਨੇ ਡਿਸੰਬਰ ਤੋਂ ਪਹਿਲਾਂ ਦੇ ਉਹ ਬਿੱਲ ਮਾਫ਼ ਹੋ ਜਾਣਗੇ, ਚਾਹੇ ਕਿਤਨੇ ਵੀ ਹੋਣ, ਅਤੇ ਉਸ ਤੋਂ ਬਾਅਦ 300 ਯੂਨਿਟ ਫ੍ਰੀ ਸਭ ਨੂੰ ਹੋ ਜਾਏਗਾ, ਔਰ ਇਹ ਸਾਡੀ ਕਮਿਟਮੈਂਟ ਸੀ, ਅਸੀਂ ਪੂਰੀ ਕਰਤੀ ਹੈ। ਤੀਸਰਾ ਅਸੀਂ ਕਿਹਾ ਸੀ ਕਿ ਅਸੀਂ ਜਿਹੜਾ ਰਾਸ਼ਨ ਹੈ ਉਹ ਡੋਰ ਟੂ ਡੋਰ ਜਾਏਗਾ, ਸੋ ਉਹ ਵੀ ਜਲਦੀ ਅਸੀਂ ਅਨਾਊਂਸ ਕਰਾਂਗੇ ਕਿ ਜਿਹਦੇ 'ਚ ਰਾਸ਼ਨ ਦੀ ਡਿਲੀਵਰੀ ਜਿਹੜੀ ਹੈ ਉਹ ਘਰ ਘਰ ਪਹੁੰਚ ਜਾਏਗੀ। ਉਹਦੇ ਨਾਲ ਫਿਰ ਜਿਹੜੀ ਹੈ ਸ਼ਿਕਾਇਤ ਰਹਿੰਦੀ ਕਿ ਘੱਟ ਤੋਲਿਆ, ਚੰਗੀ ਚੀਜ਼ ਨਹੀਂ ਸੀ ਹੈਗੀ, ਸੋ ਉਹ ਦੂਰ ਹੋ ਜਾਏਗੀ, ਹੋਮ ਸਟੇ ਡਿਲੀਵਰੀ ਹੋ ਜਾਏਗੀ, ਲੋਕ ਇਹਦੇ ਨਾਲ ਬਹੁਤ ਖੁਸ਼ ਹੋਣਗੇ ਇਸ ਗੱਲ ਨਾਲ। ਉਹਦੇ ਬਾਅਦ ਅਸੀਂ ਪਾਣੀ ਪੀਣ ਦੀ ਗੱਲ ਕੀਤੀ ਸੀ ਕਿ ਪਾਣੀ ਅਸੀਂ ਚੰਗਾ ਸਾਫ਼ ਦਾਂਗੇ, ਸੋ ਫਿਲਹਾਲ ਤਾਂ ਲੋਕ ਕਿਉਂਕਿ ਪਰੇਸ਼ਾਨ ਨੇ, ਪਾਣੀ ਬਹੁਤ ਸਾਫ਼ ਨਹੀਂ ਆ ਰਿਹਾ, ਪਾਈਪਾਂ ਪੁਰਾਣੀਆਂ ਹੋ ਚੁੱਕੀਆਂ ਨੇ, ਸੀਵਰ ਨਾਲ ਪਾਣੀ ਰਲ ਜਾਂਦਾ, ਲੇਕਿਨ ਅਸੀਂ ਇਸ ਵਕਤ 30 ਤੇ ਹੈਗੀਆਂ ਨੇ ਮਿਊਨਸਪੈਲਿਟੀਆਂ ਜਿਹਦੇ 'ਚ ਪਾਣੀ ਨਹਿਰ ਦਾ ਜਾ ਰਿਹਾ। ਅਸੀਂ 4 ਕਾਰਪੋਰੇਸ਼ਨ ਜਿਹੜੀਆਂ ਨੇ, ਜਿਹੜੀ ਕਿ ਅੰਮ੍ਰਿਤਸਰ ਹੈ, ਜਲੰਧਰ ਹੈ, ਪਟਿਆਲਾ, ਲੁਧਿਆਣਾ, 2 ਸਾਲ ਦੇ ਅੰਦਰ ਅੰਦਰ ਇੱਥੇ ਅਸੀਂ ਪਾਣੀ, ਨਹਿਰ ਵਾਲਾ ਪਾਣੀ ਜਿਹੜਾ ਫਿਲਟਰ ਕਰਕੇ ਉਹ ਘਰ ਘਰ ਤੋਂ ਘਰ ਪਹੁੰਚਾਇਆ ਜਾਏਗਾ, ਔਰ ਅੰਮ੍ਰਿਤਸਰ ਵਿੱਚ 24 ਘੰਟੇ ਸਪਲਾਈ ਰਹੇਗੀ, ਕਿਉਂਕਿ ਓਵਰਹੈਡ ਟੈਂਕ 90 ਬਣ ਜਾਣੇ ਨੇ, ਉਹਨਾਂ 'ਚ ਪਾਣੀ ਪੰਪ ਹੋ ਜਾਏਗਾ, ਉੱਥੋਂ ਤੱਕ ਗ੍ਰੈਵਿਟੀ ਨਾਲ ਹਰੇਕ ਦੇ ਘਰ ਜਾਇਆ ਕਰੇਗਾ, ਪਾਈਪਾਂ ਨਵੀਆਂ ਵੇਚ ਜਾਣਗੀਆਂ, ਉਹਦੇ ਨਾਲ 24 ਘੰਟੇ ਸਪਲਾਈ ਰਹਿਣ ਨਾਲ ਮਿਕਸਿੰਗ ਨਹੀਂ ਹੋਏਗੀ, ਸੀਵਰ ਵਾਟਰ ਨਹੀਂ ਮਲ ਸਕੇਗਾ, ਚਾਹੇ ਪਾਈਪ ਲੀਕ ਵੀ ਮਾੜੀ ਮੋਟੀ ਕਰਦੀ ਹੋਵੇ ਨਾ, ਸੀਵਰ ਤਾਂ ਪਾਣੀ 'ਚ ਰਲ ਨਹੀਂ ਸਕੇਗਾ, ਪ੍ਰੈਸ਼ਰ ਕੋਂਸਟੈਂਟ ਰਹੇਗਾ। ਸੋ ਇਹ ਉਹਦੇ ਬਾਅਦ ਅਸੀਂ 87 ਹੋਰ ਅਜੇ ਲਏ ਨੇ ਕਸਬੇ ਲਏ ਨੇ, ਜਿਹਦੇ ਵਿੱਚ ਔਰ ਵੱਡੇ ਸ਼ਹਿਰ ਵੀ ਲਏ ਨੇ, ਜਿਹਦੇ ਵਿੱਚ ਅਸੀਂ ਸਪਲਾਈ ਦਾਂਗੇ ਨਹਿਰ ਦੇ ਪਾਣੀ ਦੀ। ਸੋ ਬਾਈ 2027 ਅਸੀਂ ਚਾਹੁੰਦੇ ਕਿ ਸੜਕੋ 95-100% ਏਰੀਆ ਜਿਹੜੇ ਨੇ ਨਹਿਰ ਦੇ ਪਾਣੀ ਨਾਲ ਕਵਰ ਹੋ ਜਾਣ, ਉਹਦਾ ਜ਼ਮੀਨ ਦਾ ਜਿਹੜਾ ਪਾਣੀ ਹੈ ਨਾ ਉਹ ਉੱਪਰ ਆਉਣਾ, ਉੱਪਰ ਅਸੀਂ ਖਿੱਚਣਾ ਬੰਦ ਕਰ ਦਾਂਗੇ ਪੰਪਾਂ ਰਾਹੀਂ,
सो ये बड़ी वड्डी साड़ी उपलब्धि होन जा रही है। तीजी गल है कि असी जेटिंग और सक्शन मशीन नवीं लिया ने, छोटिया भी लिया ने सारे शहरों वास्ते, जिद जे सीवर बंद पे ने बड़े सालों साल बंद पे ने, असं बड़े एक्टिवली उन्होंने परस्यू करके तो साफ करने की कोशिश पूरे लगे हुए हैं। पर मैं उम्मीद है कि इस साल किन्ना कर सकेंगे, लेकिन एक साल के अंदर अंदर सीवर सिस्टम काफ़ी ज़्यादा रिलीफ सूँ उस गल का मिल जाएगा। तो फायर ब्रिगेड असी उदन लुधियाने गए हैं, तो चार दिन की गल है तो उत्थे असी 10 ट्रक नवे बिल्कुल ब्रांड न्यू 10 ट्रक दिते ने लुधियाना की फायर ब्रिगेड नूं। इस तरह ही असी सारे कॉन्स्टिट्यूएंसियों नूं इस तरह ट्रक्स देने की गल आप कर रहे हैं। और जो फायर फाइटिंग सूट्स होंगे ने, इक्विपमेंट्स होंगे ने, टैकल होंगे ने, हुक्स होंगे ने, किन्ना कुछ होंगे, ये असी बजट बनाया हुआ और असी समान सड़कों आ भी गया, ट्रक्स भी आ गए हैं, असी हुण जल्दी ही ये दे देने हैं म्युनिसिपैलिटियां नूं। सब गैंगस्टरवाद की गल करिए पंजाब दे विच लॉ एंड ऑर्डर नूं लैके भी विरोधी बड़े सवाल चकते हैं, पर जो गल करिए भगवंत मान होरी कहिंदे सी कि मैं गैंगस्टर अपने नाल नहीं लैके आया, पहलियां सरकारां दी देन है, तो वह देन भी किस तरह से कि उन्होंने नौकरियां नहीं दित्तियां, नौजवान बेरोजगार घूमते रहे, उन्होंने कोई चारा नहीं सी तां उन्होंने करके ए वाले काम करने शुरू कर दिते। पर गल करिए कि 4 महीने का समा बीत चुका है, पर पंजाब दे विच धरने प्रदर्शन अजे भी पहले की तरह ही बरकरार ने, नौजवान मंत्रियों के घरों के बाहर धरने दे रहे हैं, कह रहे हैं कि सानू अजे तक पक्का नहीं किया गया, कच्चे मुलाजमान के धरने वेखन को मिलते हैं, नौजवानों के लिए की खास उपराले किए गए हैं, तो धरनों का सिलसिला कदों तक खत्म हो जाएगा? नहीं, असं नियरली 35-36,000 जी नौकरी ने जल्दी दे देनी ने और नाल नाल दे भी जा रहे हैं। उदन मैं आप मेरा डिपार्टमेंट है एक सॉयल एंड वाटर कंजरवेशन, सो उस 41 बंदे पत्र दिते ने, इस तरह एक दिन पहला हैल्थ वाले ने और इरीगेशन वाला महकमे से उन्होंने दते ने, सो असं लगातार लगे हुए हैं। साड़ी होर भी मेरे जो लोकल बॉडीज महकमा है ये भी फायर वाले और दूजे क्लास 1 क्लास 2 ईओज भी असी जल्दी कर रहे हैं, फिर असं जेईस की भी भर्ती प्रैक्टिकली तैयार ही है। हर एक गलू ना टाइम लगता है, हर एक गल एक सिस्टम ना चल सकती है, एक प्राइवेट तो बंदा है नहीं कि इंटरव्यू ले तो नाल चिट्ठी पाती, इस सिस्टम होंगे कई जगह कोर्ट केस चल रहे होंगे ने, कोर्ट की परमिशन की लड़ होंगी है, कई जगह फाइनेंस तो असं पूछना होंगे भी यदि लाइबिलिटी किन्नी बन रही किन्नी नहीं बन रही, सो सरकार चलानी औखी जरूर है, लेकिन अभी बिल्कुल ठीक राह चल रहे हैं, साडा राह बिल्कुल टीका टीचा सीधा साडा कि असं बच्चों नौकरियां देनिया ने, सबनों तो नहीं दे सकेंगे, लेकिन जो पेंडिंग केस चल रहे ये तो असं पूरे कर देंगे। और उसके बाद फिर असं माहौल यह जहाँ बनाइए, क्योंकि माहौल बनाना बहुत जरूरी है, जो अच्छा माहौल बन गया तो फिर लोगों ने बाहर जाना बंद कर देना, लोगों का कंफर्ट जोन लोग बाहर सिर्फ नौकरी खोने नहीं जा रहे, मान साहब बड़ी सोहनी गल की है, लोग बाहर लॉ एंड ऑर्डर खोने जा रहे हैं, लोग बाहर इसलिए जा रहे क्योंकि सुनवाई नहीं कितने होंगी, सो पुलिस जो रिस्पोंसिव हो जाए, पुलिस जो थोड़ी न्याय थोड़ा करना शुरू कर दे तो लोग बाहर जाना बंद कर देंगे। हम मैं तुम्हें दस दें जितना इंप्रूवमेंट ट्रस्ट है कारपोरेशन है, सो उन्होंने भी इंस्ट्रक्शन देती गई हैं कि विद इन 2 वीक्स सानू प्लैन करके दो कि जो बंदा आए थोड़े को, या तो ऑनलाइन अपना काम करे सारा, चाहे वह कोई बिल का काम है, चाहे वह NOC का काम है, चाहे रजिस्ट्रेशन का काम है, चाहे वह ट्रांसफर का काम है प्रॉपर्टी का, कुछ भी है वो जो ऑनलाइन नहीं कर सकता तो कागज़ लैके एक विंडो पर आए, जरा विंडो पर बंदा बैठा सारे कागज़ चेक करे, जो कागज़ पूरे है तो उन्होंने फिर जो टाइम फ्रेम देंगे आप 2 हफ्ते का 3 हफ्ते का वो सर्टिफिकेट मिल जाए, तो जे किसी कागज़ की घाट है तो फिर वो घाट पूरी करके लिया। फिर मैं एक होर भी हूँ असं प्लैन कर रहे हैं इस गल सैक्शन दी नहीं हले कि जो बंदा जाता तो एक्सपीरियंस चंगा किमें होना बहन थान हो ठंडा पानी पीने मिलता हो, कूलर चलता हो, पखा चलता हो, एक्सपीरियंस इंप्रूव करना चाहते जो जाए एक्सपीरियंस माड़ा ना हो। सब एक गल करिए कि जी भर्ती जिम्मे गल की कि नवी भर्ती की जाएगियां, जो पुरानी सरकार की गल करिए कांग्रेस सरकार वेले तो काफ़ी जड़े केस ने तुहाड़ी सरकार आने बाद खुले ने कि मंत्रियों की विधायकों की सिफारिशा के नाल नौकरियां मिली ने 110 के करीब 100 तो उपर के जड़े केस इस तरीके से सामने आए थे, जेकर नवी भर्ती होएगी तो सरकार वालों किस तरीके हिदायतां ने एडमिनिस्ट्रेशन या जड़े जड़ा स्टाफ है भर्ती के लिए उन्होंने किस तरीके इंस्ट्रक्शन तुहाडे वालों दित्तियां गईयां ने सरकार दे वालों? देखो बड़ा सीधा काम है साडा, असीं सिलेक्शन बोर्ड से बुला रहे सारा कुछ जी, सानू जिन्नी रिक्वायरमेंट होंदी असीं बोर्ड नूं भेज देने, बोर्ड अपना कंडक्ट करके एग्जाम इंटरव्यू जो करना फिर सानू दस दिंदा आ लिस्ट है, उस लिस्ट चों असीं आपां अपने
टॉप के बंदे ले लेने हैं। बड़ा सिंपल काम रखे पहले देखने मिल जाए कि उन्होंने सिफारिशा के नाल इस तरीके भर्ती होंगी सी। इस तरीके का कोई मामला हूँ तक कोई सामने आया जां अज भी लोग तुहाडे कोल सिफारिशां लैके आते हो कि जी साडी है फलानी है यह काम रुकिया है जां रुकिया है अपने अहुदे का फायदा चुक के काम करवा आते हैं कि सीधे तरीके काम करा। नहीं वो साड़ी ना हले पूरा सिस्टम बैठा नहीं है, लोग हले परेशान ने, मैं भी तुम्हें झूठ पा रहा हाले भी लोग परेशान ने, आदत बड़ी औखी जाए हैं सो हाले भी लोग आ जाते हैं कि मेरा जी काम नहीं होया, फिर असं कंसर्न अफसर को फोन करते हैं कि जल्दी कराओ काम, यदा कम हो जाता मोस्टली कम हो जाता। बड़ा सिंपल जहा काम है, जो अभी काम नहीं करना फिर कारण दसो क्यों नहीं करना है ना, ये जरूरी है कि हरे काम हो ही जाना है, थोड़े कागज़ गलत हो सकते थोड़े को रिक्वायरमेंट पूरी ना कर रहे हो लेकिन दसो तो ना उन्होंने महीना लटकाने का क्या फायदा, वाई टेल आफ्टर वन मंथ उस दसो तेरे कागज़ पूरे नहीं कि तेरा काम नहीं होना तो कागज़ पूरे कर है ना। सो इस करके सिस्टम ठीक कर रहे हैं, जिन्ना असं इंटरफेस घटा देंगे ना एक आम शहरी का अपने मुलाजमान का उन्नी करप्शन घट जाएगी। जिस तरह तुम यह गल की है इस अज जलंधर तो एक मामला सामने आया कि विधायक डीसी दफ्तर के जाके इल्जाम लगा के आए कि तुम भ्रिष्टाचार कर रहे हो, साढ़े को सबूत ने या इस तरीके की गल उन्होंने वालों कही जा रही थी, जबकि डीसी ने कहा कि जेकर तुहाडे को कोई सबूत ने तो तुम वो पेश करो तो साढ़े मुलाजम तो साढ़ा समूह डीसी दफ्तर का जिन्ना भी स्टाफ है बड़े वधिया तरीके नाल काम करता, जेकर किसी कोई इल्जाम लगा रहा है तो उसके सबूत भी दे। काफ़ी विवाद हो कह रहे हैं कि अभी सोमवार धरने तो भी जावे पर लगता नहीं कि विधायकों या किसी होर सरकार के जो नुमाइंदे ने उन्होंने इस तरीके जाके प्रशासन या प्रशासनिक जो अधिकारी ने इस तरीके प्रेसराइज नहीं करना चाहिए कि वह धरनिया से जाने मजबूर हो जाए। तुम मेरा व्यू लै रहे हो नहीं धरना किन्ने के जावे विधायक ने उन्होंने क्या देखो इस तरह जो डीसी साहब ने उत्थे जलंधर के जसपीर सिंह मैं मिले दो करे उन्होंने बड़े होनहार बड़े चंगे अफसर ने और मैनू नहीं लगता कि वो किसी करप्शन इंडल्ज करते होंगे, मैं किसी सर्टिफिकेट क्लीयर नहीं दे सकता लेकिन चंगे एनर्जेटिक अफसर ने चंगे अफसर ने ते बाकी की गल हुई है मैं पता नहीं इस गल का मैं पता लगा लाँगा। और ये तो देखो मैं तो सबनों इंस्ट्रक्शन दिना कि जी कहो तो जी कुआओ सो अपने वलंटियर्स भी ये कहने जी तो बिना गल नहीं करनी अफसर जाके तो जी ही कोना तलखी च नहीं आना काली च गल नहीं करनी अपना पक्ष पेश करो जो थोड़ी नहीं सुनते सन दसो फिर दैन वील सी कि सच की झूठ की है मैं गल यह कह रहा कि जो विधायक जिस तरीके जिमें पहले असी सरकार बंदे ही देखा कि थाणियां जाके चैकिंग कर रहे थे बतौर नुमाइंदा उन्होंने देखना चाहिए चैकिंग करन दे हकदार भी ने पर इस तरीके उन्होंने प्रेशराइज करना या वो कह रहे हैं कि असी बहुत पढ़े लिखे हाँ साड़ी IAS ने IPS लैवल के अधिकारी होंगे ने कहते जी असी बोर्ड ने सानू चुनिया तो असी इस तरीके के काम तो नहीं कर सकते तो सानू इस तरीके कार्रवाई तो कारगुजारी तो कलंक वंगर लगता है कि लोग फिर सानू इस नज़रिए देखते हैं जी यह भ्रिष्ट अफसर है या भ्रिष्ट अधिकारी है। उस तरीके सोचते हो कि विधायकों इस तरह जाके वीडियो बना के लाइव होकर इस तरीके के मामले सामने नहीं आने चाहिए? देखो इस तरह जे कि मान साहब ने बड़ी साफ गल की है अफसर कहें कि जो तुम सिलेक्ट हो तो ये इलेक्ट तुम्हें कम औखे आ सिलेक्शन करनी एक IAS अफसर की सिलेक्शन बड़ी औखी होंगी बड़ा मेहनत करनी पी पढ़ना पैंता हूँ हर बच्चे अगे आते हैं तो इस तरह MLA बनना औखा काम है लोगों की वोट लेनी पैंती एक बंदा आता तो ये सैनर्जी ना काम करना चाहिए दोवे रल के काम करे ये दोवें एक संस्था दावान ने दोवी जाने सो दोवे जे तकरार रहेगी तो चंगी गल नहीं है तो मैं इनवैसटीगेट कर लाँगा कि होया तुम मेरे नोटिस कर लिया मैंने वैसे पहले इस गल का पता नॉलेज नहीं है मैंने इस गल की कल होया कुछ अच्छा चलो कोई गल नहीं फिर आप मैं पता कर लाँगा की है। हल्के की गल कर लिए हल्के की बड़ी मंदी हालत सी चोणों तो पहले तुसी खुद जाके देखा कि हल्के दे विच बरसात आती है तो सड़क घट के तालाब ज़्यादा लगता सी हल्के दे विच डंप का बड़ा वड्डा मुद्दा है हल्के दे विच किस तरीके नाल चार महीने दे विच तुसी की काम कर ले हल्के विच भी ना मैं तुहाडे नाल झूठ नहीं बोलना मैं अपने काम नाल सैटिस्फाइड नहीं हाले है ना कि जिन्ना मैं करना चाहुंदा सी होया नहीं समां भी घट सीगा फिर बरसात आई गई है और बरसात में साढ़े लोगों के जो लुकते प्लांट होंगे वो विटामिन के वो बंद हो जाते हैं हम बंद पे हम लोग समझते नहीं गल पर लुक बरसात पानी पा पाया जिमें दिसंबर जनवरी फरवरी के महीने लुक पानी पा पाया भी क्योंकि गर्मी पैनी चाहिए तो पकड़ पूरी दिन होंगी है सो प्लांट बंद ने बजट सड़क आ चुका है इस सुन जितना बरसात मुकती है एंड सपटेंबर आप सड़क शुरू कर देनिया ने बहुत सोहनिया बना देनिया ने और जी सड़क 20 साल तो चंगी नहीं बनी वो भी वधिया बना देनी है सो एक बार तो लोग याद करेंगे लेकिन इस वक्त लोग परेशान ने और क्योंकि वो परेशान ने इसलिए मैं भी परेशान हाँ। तो डंप की गल करते हो डंप नूं हुण 7-8 साल तो शुरू होए नूं हो गए
ਉਹਦੇ 'ਚ ਪਹਿਲਾਂ ਇੱਕ ਕੰਪਨੀ ਆਈ ਸੀ, ਉਹ ਛੱਡ ਕੇ ਚਲੀ ਗਈ, ਉਹਨਾਂ ਕੋਲ ਨਹੀਂ ਹੋਇਆ, ਹੁਣ ਦੂਜੀ ਆਈ ਹੋਈ ਹੈ। ਦੇਖੋ ਦੂਜੀ ਕੰਪਨੀ ਨੂੰ ਕਦੇ ਕਿਸੇ MLA ਸਾਹਿਬਾਨ ਨੇ ਬੁਲਾ ਕੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ। ਮੈਂ ਤਾਂ ਉਹਨੂੰ ਆਪ ਸੱਦਣ ਡਿਆ, ਪੁੱਛਣ ਡਿਆ ਦੱਸੋ ਕੀ ਮੁਸ਼ਕਲ ਆ ਤੁਹਾਡੀ, ਜੀ ਕਿਉਂਕਿ ਮੈਨੂੰ ਪਤਾ ਡੰਪ ਮੈਂ ਚੁਕਾਉਣਾ, ਉਹ ਕੰਪਨੀ ਦਾ ਕੀ ਜਾਣਾ, ਕਿਸੇ ਦਾ ਕੀ ਜਾਣਾ, ਹੈ ਨਾ। ਤਾਂ ਉਹ ਇਸ ਗੱਲ ਤੋਂ ਖੁਸ਼ ਵੀ ਬੜੇ ਨੇ ਕਿ ਸ਼ੁਕਰ ਹੈ ਸਾਨੂੰ ਕਿਸੇ ਨੇ ਆਪ ਹੀ ਸੱਦ ਲਿਆ, ਅਸੀਂ ਤਾਂ ਤਰਲੇ ਲੈਣ ਡੇ, ਸਾਡੀ ਗੱਲ ਸੁਣਿਆ ਕੋਈ, ਅਫਸਰਾਂ ਨਾਲ ਵੀ ਮਿਲਾਇਆ, ਚੰਡੀਗੜ੍ਹ ਵੀ ਲਾ ਲਿਆ, ਚੰਡੀਗੜ੍ਹ ਵੀ ਗੱਲਾਂ ਕਰਾ ਲਈਆਂ, ਉਹਨਾਂ ਦੀ ਕਈ ਮੁਸ਼ਕਲਾਂ ਹੈਗੀਆਂ ਨੇ, ਉਹ ਵੀ ਸੱਚੇ ਨੇ, ਕਈ ਜਗ੍ਹਾ ਝੂਠੇ ਨੇ, ਕਈ ਜਗ੍ਹਾ ਸੱਚੇ ਨੇ। ਸੋ ਅਸੀਂ ਰਲ ਮਿਲ ਕੇ ਕਰਾਂਗੇ, ਕੁਛ ਸਹੂਲਤਾਂ ਦੇ ਨਾਲ ਦਾਂਗੇ ਉਹਨਾਂ ਨੂੰ, ਕੁਛ ਉਹਨੂੰ ਕਹਾਂਗੇ ਤੁਸੀਂ ਹੁਣ ਕੰਟਰੀਬਿਊਟ ਹੋਰ ਕਰੋ। ਸੋ ਮੈਨੂੰ ਆਸ ਹੈ ਕਿ ਅਸੀਂ ਜਿਹੜਾ ਸਾਰਾ ਇਕੱਠਾ ਹੋਇਆ ਜਲਦੀ ਇਹਨੂੰ ਖਤਮ ਕਰ ਲਾਂਗੇ। ਨਿੱਕੇ ਨਿੱਕੇ ਥੋੜ੍ਹੇ ਐਗਰੀਮੈਂਟ ਉਹਨਾਂ ਦੇ ਕਰਨ ਵਾਲੇ ਹੈਗੇ ਨੇ ਸਰਕਾਰ ਦੇ ਨਾਲ, ਬਿਜਲੀ ਬੋਰਡ ਨਾਲ ਐਗਰੀਮੈਂਟ ਕਰਨ ਵਾਲਾ, ਉਹ ਪੂਰੀ ਫੁੱਲ ਫਲੈਸ਼ ਸਪੀਡ 'ਤੇ ਮੇਰੀ ਗੱਲ ਚੱਲ ਰਹੀ ਹੈ। ਕੱਲ੍ਹ ਵੀ ਗੱਲ ਹੋਈ ਸੀ, ਸੈਕਟਰੀ ਸਾਹਿਬ ਸੀਗੇ, ਮੈਂ ਵੀ ਸੀਗਾ, ਅਤੇ ਸਾਡੇ ਪ੍ਰਿੰਸੀਪਲ ਸੈਕਟਰੀ ਸੀ, ਉੱਥੇ ਵੀ ਗੱਲ ਚੱਲ ਰਹੀ ਹੈ ਸ਼ਡਿਊਲ ਦੁਆਰਾ, ਇਹ ਅਸੀਂ ਜਲਦੀ ਕਰ ਲਾਂਗੇ। ਜਿਸ ਤਰ੍ਹਾਂ ਹੀ ਐਗਰੀਮੈਂਟ ਹੋ ਗਏ, ਸਪੀਡ ਪਕੜ ਲਏਗੀ ਸਾਰਾ ਕੁਝ, ਸਪੀਡ ਪਕੜੀ ਜਾਏਗੀ, ਅਤੇ ਮੈਨੂੰ ਆਸ ਹੈ ਕਿ ਅਸੀਂ ਜਲਦੀ 2 ਸਾਲਾਂ 'ਚ ਅਸੀਂ ਜਿਹੜਾ ਸਾਰਾ ਭਾਰ ਇਕੱਠਾ ਕੂੜਦਾ ਉਹਨੂੰ ਖਤਮ ਕਰ ਸਕਾਂਗੇ। ਡਾਕਟਰ ਸਾਹਿਬ, ਮਹਿਕਮਾ ਮਿਲਿਆ ਸਥਾਨਕ ਸਰਕਾਰਾਂ ਦਾ, ਇਸ ਮਹਿਕਮੇ ਦੇ ਲਈ ਕਾਫੀ ਜਿਹੜੇ ਉਮੀਦਵਾਰ ਹੁੰਦੇ ਨੇ ਚਾਹੁੰਦੇ ਨੇ ਕਿ ਜੇਕਰ ਇਹ ਮਹਿਕਮਾ ਆਵੇ ਤਾਂ ਮੇਰੇ ਕੋਲ ਆਵੇ ਤਾਂ ਮੈਂ ਬੜੇ ਕੰਮ ਕਰ ਸਕਦਾ ਵਾਂ। ਮਹਿਕਮਾ ਆ ਗਿਆ, ਕੀ ਸੋਚਦੇ ਹੋ ਮਹਿਕਮੇ ਨੂੰ ਲੈ ਕੇ ਕਿ ਕਿਹੜੇ ਕਿਹੜੇ ਪੰਜਾਬ ਦੇ ਲਈ ਤੁਸੀਂ ਅਹਿਮ ਫੈਸਲੇ ਜਿਹੜੇ ਹੁਣ ਲੈ ਸਕਦੇ, ਜਿਹੜੇ ਪਹਿਲੇ ਨਹੀਂ ਸੀ ਪੰਜਾਬ ਦੇ ਵਿੱਚ ਲੋਕਾਂ ਨੇ ਲਏ? ਦੇਖੋ, ਇੱਕ ਤਾਂ ਗੱਲ, ਅਸੀਂ ਜਿਹੜੇ ਇਲੀਗਲ ਕਾਲਰੀਜ਼ ਬਣ ਰਹੀਆਂ, ਇਲੀਗਲ ਕੰਸਟਰਕਸ਼ਨ ਹੋ ਰਹੀਆਂ, ਉਹ ਨਹੀਂ ਹੋਣ ਦੇਣੀਆਂ। ਜੋ ਹੋ ਚੁੱਕੀਆਂ ਉਹਦੇ ਬਾਰੇ ਆਪਾਂ ਫੋਰਮੂਲੇਟ ਕਰਾਂਗੇ ਪੋਲਿਸੀ ਕੋਈ। ਇੱਕ ਦੂਜੀ ਗੱਲ ਹੈ ਈਜ਼ ਆਫ ਡੂਇੰਗ ਬਿਜ਼ਨਸ। ਹੁਣ ਲੋਕਾਂ ਨੇ ਕਰੋੜਾਂ ਰੁਪਏ ਖਰਚ ਕੇ ਕਾਲਨੀ ਬਣਾਉਣੀ ਹੁੰਦੀ ਹੈ, ਤਰਲੇ ਲਈ ਜਾਂਦੇ ਆ, ਕਦੇ CLU ਅਪਲਾਈ ਕਰ, ਕਦੇ ਨਕਸ਼ਲੀ ਅਪਲਾਈ ਕਰ, ਨਕਸ਼ਾ ਚੰਡੀਗੜ੍ਹ ਚੱਲ ਜਾਂਦਾ। ਸੋ ਈਜ਼ ਆਫ ਡੂਇੰਗ ਬਿਜ਼ਨਸ ਕੋਸ਼ਿਸ਼ ਕਰਾਂਗੇ ਅਸੀਂ ਕਿ ਸਭ ਚੀਜ਼ਾਂ ਮਿਕਸ ਕਰ ਦਈਏ, ਟਾਈਮ ਫਰੇਮ ਦੇ ਦਈਏ, ਕੈਂਡੀਡੇਟ ਟਾਈਮ ਫਰੇਮ ਤੁਹਾਡਾ ਨਕਸ਼ਾ ਜਿਹੜਾ ਪਾਸ ਹੋ ਜਾ ਕਰੇਗਾ, ਕੋਸ਼ਿਸ਼ ਕਰਕੇ ਡੈਲੀਗੇਟ ਕਰ ਦਈਏ, ਹਰੇ ਕੁਛ ਉੱਪਰ ਨਾ ਜਾਵੇ, ਹਰੇ ਗੱਲ ਮਿਨਿਸਟਰ ਸਾਈਨ, ਮਿਨਿਸਟਰ ਨੂੰ ਨਾ ਸਾਈਨ ਕਰਨੀ ਪਏ। ਸੋ ਅਸੀਂ ਇਸ ਗੱਲ 'ਤੇ ਬੜੇ ਜ਼ੋਰ ਸ਼ੋਰ ਨਾਲ ਸੋਚ ਰਹੇ ਹਾਂ, ਔਰ ਜਲਦੀ ਹੀ ਤੁਹਾਨੂੰ ਅਸੀਂ ਇਹਦੇ ਚੰਗੇ ਰਿਜ਼ਲਟ ਮਿਲਣਗੇ, ਤੁਸੀਂ ਵੀ ਸੁਣ ਕੇ ਖੁਸ਼ ਹੋ ਗਏ, ਔਰ ਮੈਨੂੰ ਆਸ ਹੈ ਕਿ ਸਾਡੇ ਜਿਹੜੇ ਰੀਐਲਟਰਸ ਨੇ ਜਿਹੜੇ ਪ੍ਰੋਪਰਟੀ ਵਗੈਰਾ ਡੀਲ ਕਰਦੇ ਆ, ਉਹਨਾਂ ਨੂੰ ਰਾਹਤ ਮਿਲੇਗੀ, ਲੋਕਾਂ ਨੂੰ ਰਾਹਤ ਮਿਲੇਗੀ, ਅਤੇ ਲੋਕ ਟੈਂਸ ਬੈਠੇ ਆ। ਸੋ ਆਸ ਹੈਗੀ ਅਸੀਂ ਇਸ ਬਾਰੇ ਕਾਫੀ ਤੁਹਾਡੀ ਹੈਲਪ ਕਰ ਸਕਾਂਗੇ ਸਰ। ਸਰ, ਵਿਧਾਇਕ ਦੇ ਨਾਲ ਮੰਤਰੀ ਬਣਨ ਦੇ ਨਾਲ ਚੀਫ ਖਾਲਸਾ ਦੀਵਾਨ ਦੀ ਜ਼ਿੰਮੇਵਾਰੀ ਵੀ ਤੁਹਾਡੇ ਉੱਪਰ ਪਈ ਹੈ, ਮੁਖੀ ਹੋ ਇਸ ਵੇਲੇ, ਕੀ ਬਦਲਾਵ ਉਸ ਚੀਫ ਖਾਲਸਾ ਦੀਵਾਨ ਦੇ ਵਿੱਚ ਤੁਹਾਡੇ ਆਉਣ ਤੋਂ ਬਾਅਦ ਤੁਸੀਂ ਲੈ ਕੇ ਆਏ ਹੋ, ਜਾਂ ਪਹਿਲੇ ਦੇ ਜਿਹੜੇ ਕੰਮ ਜਿਸ ਤਰੀਕੇ ਨਾਲ ਹੁੰਦੇ ਸੀ ਹੁਣ ਅੱਜ ਕਿਸ ਤਰੀਕੇ ਦਾ ਬਦਲਾਵ ਉਸ ਦੇ ਵਿੱਚ ਵੀ ਆਇਆ? ਪਹਿਲੀ ਗੱਲ ਤਾਂ ਸਾਡੇ ਬੱਚੇ ਡਿਜ਼ਰਵ ਕਰਦੇ ਵਧਾਈ, ਕਿਉਂਕਿ ਰਿਜ਼ਲਟ ਬਹੁਤ ਚੰਗਾ ਆਇਆ, ਬਹੁਤ ਚੰਗਾ ਰਿਜ਼ਲਟ ਆਇਆ, ਮਤਲਬ ਕਈ ਗੱਲਾਂ 'ਚ ਸਾਡੇ ਬੱਚੇ ਟੌਪ ਕੀਤੇ ਆ, ਜਿਹੜਾ ਬੱਚਾ ਅੰਮ੍ਰਿਤਸਰ 'ਚ ਫਸਟ ਆਇਆ ਉਹ ਸਾਡੇ ਸਕੂਲ ਦਾ। ਸੋ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ। ਦੂਜੀ ਗੱਲ ਹੈ, ਜਿਹੜਾ ਮੈਂ ਮੇਨ ਕੰਮ ਕੀਤਾ ਨਾ ਦੀਵਾਨ 'ਚ ਆ ਕੇ, ਉਹ ਡੈਲੀਗੇਟ ਕੀਤਾ। ਅੱਗੇ ਆਮ ਤੌਰ 'ਤੇ ਟੈਂਡੈਂਸੀ ਸੀ ਕਿ ਪ੍ਰਧਾਨ ਆਪਣੇ 'ਤੇ ਪਾਵਰ ਕੰਸਨਟਰੇਟ ਕਰਦਾ ਸੀਗਾ, ਸੋ ਮੈਂ ਡੈਲੀਗੇਟ ਕੀਤੀ ਹੈ। ਬੁੱਕਸ ਸੀ ਖਰੀਦ, ਕੋਈ ਕਮੇਟੀ ਕਰੇਗੀ, ਕੰਸਟਰਕਸ਼ਨ ਕੋਈ ਕਮੇਟੀ ਲੁੱਕ ਆਫਟਰ ਕਰੇਗੀ, ਟਰਾਂਸਪੋਰਟ ਦੂਜੀ ਕਮੇਟੀ ਲੁੱਕ ਆਫਟਰ ਕਰੇਗੀ, ਜੇ ਕੋਈ ਪਰਚੇਸ ਕਰਨੀ ਹੈ ਉਹ ਇੱਕ ਕਮੇਟੀ ਬੈਠੀ ਹੈ ਲੁੱਕ ਆਫਟਰ ਕਰੇਗੀ, ਰੇਟ ਤੈਅ ਕਰਦੇ ਕਿ ਇਸ ਰੇਟ ਤੋਂ ਮਹਿੰਗਾ ਨਹੀਂ ਲੈਣਾ ਸਮਾਨ, ਇਸ ਤੋਂ ਸਸਤਾ ਲੈ ਸਕਦੇ ਹੋ। ਸੋ ਇਹ ਸਾਰੇ ਕਰਨ ਦੇ ਨਾਲ ਇੱਕ ਤਾਂ ਸਭ ਦੀ ਇਨਵੋਲਵਮੈਂਟ ਹੋ ਗਈ ਮੈਂਬਰ ਸਾਹਿਬਾਨ ਦੀ, ਦੂਜੀ ਗੱਲ ਹੈ ਕਿ ਜ਼ਿਆਦਾ ਹੱਥ ਕੰਮ ਕਰ ਰਹੇ ਨੇ ਹੁਣ, ਸੋ ਮੇਰੀ ਜ਼ਿੰਮੇਵਾਰੀ ਜਿਹੜੀ ਬਹੁਤ ਘੱਟ ਗਈ ਇੱਥੇ। ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਲੋਕ ਸਭ ਨੇ ਆਪਣੇ ਮੈਂਬਰ ਸਾਹਿਬਾਨ ਨੇ ਸਾਰੀ ਜ਼ਿੰਮੇਵਾਰੀ ਸਾਂਭ ਲਈ ਹੈ, ਔਰ ਮੇਰਾ ਜਿਹੜਾ ਦੂਜਾ ਕੰਮ ਹੈ ਸਰਕਾਰ ਵਾਲਾ, ਮੈਂ ਉਹ ਵੀ ਕੰਟਰੀਬਿਊਟ ਕਰ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਸਿੱਖ ਕਮਿਊਨਿਟੀ ਤੋਂ ਆਉਂਦੇ ਹੋ, ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਰਾਜਨੀਤੀ ਹੈ, ਉਹਨਾਂ ਨੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ, SGPC ਨੂੰ ਕਮਜ਼ੋਰ ਕਰ ਦਿੱਤਾ। ਪਹਿਲੇ SGPC ਦੀ ਦਹਾੜ ਦਿੱਲੀ ਤੱਕ ਜਾਂਦੀ ਸੀ, ਦਿੱਲੀ ਹਿੱਲ ਜਾਂਦੀ ਹੁੰਦੀ ਸੀ, ਪਰ ਅੱਜ SGPC ਧਰਨੇ ਵੀ ਲਾਉਂਦੀ ਹੈ ਤਾਂ ਕੋਈ ਫਰਕ ਨਹੀਂ ਪੈਂਦਾ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਕਾਫੀ ਸਵਾਲ ਚੁੱਕਦੇ ਨੇ, ਜ਼ੋਰ ਵੀ ਕਾਫੀ ਦੇ ਰਹੇ ਨੇ ਕਿ ਅਸੀਂ ਬੰਦੀ ਸਿੰਘ ਰਿਹਾਅ ਕਰਵਾਉਣੇ ਨੇ। ਸਭ ਤੋਂ ਪਹਿਲੇ ਤੁਸੀਂ ਕੀ ਸਮਝਦੇ ਹੋ ਕਿ SGPC ਜਾਂ ਸਿੱਖ ਸੰਸਥਾਵਾਂ ਕਿਸ ਕਾਰਨ ਨਾਲ ਕਮਜ਼ੋਰ ਹੋਈਆਂ? ਇਨਸਾਨ ਕਮਜ਼ੋਰ ਕਰਦੇ ਸੰਸਥਾ ਨੂੰ, ਜਦੋਂ ਕਮਜ਼ੋਰ ਇਨਸਾਨ ਲੀਡ ਕਰਦੇ ਆ ਉਦੋਂ ਸੰਸਥਾ ਕਮਜ਼ੋਰ ਹੋ ਜਾਂਦੀ ਹੈ। ਸੋ SGPC ਦੀ ਬੜੀ ਇਹ ਤ੍ਰਾਸਦੀ ਰਹੀ ਹੈ, ਬੜੀ ਘਾਟ ਰਹੀ ਹੈ ਕਿ ਉਹਨੂੰ ਜਿਹੜੇ ਲੀਡਰਾਂ ਨੇ ਲੀਡ ਕੀਤਾ ਪਿਛਲੇ 10-20 ਸਾਲਾਂ ਤੋਂ, ਉਹ ਬਹੁਤ ਕਮਜ਼ੋਰ ਸੀਗੇ, ਉਹ ਵੇਖਣ ਨੂੰ ਲੱਗਦੇ ਚੰਗੇ ਸੀਗੇ, ਕਹਿੰਦੇ ਬੜਾ ਇੰਸਟੀਟਿਊਟ, ਬੜਾ ਸਿਆਣਾ ਸਿਆਸਤਦਾਨ ਹੈ, ਪਰ ਸਵਾਲ ਹੈ ਕਿ ਅਸੀਂ ਸਿਆਸਤਦਾਨ ਸਿਰ 'ਚ ਮਾਰਨਾ? ਸਾਨੂੰ ਤਾਂ ਸਟੇਟਸਮੈਨ ਚਾਹੀਦਾ ਸੀਗਾ, ਜਿਹੜਾ ਇਲੈਕਸ਼ਨ ਬਾਰੇ ਨਾ ਸੋਚੇ, ਜਿਹੜਾ ਅਗਲੀ ਕੌਮ ਬਾਰੇ ਸੋਚੇ, ਅਗਲੀ ਜਨਰੇਸ਼ਨ ਬਾਰੇ ਸੋਚੇ। ਸਾਨੂੰ ਉਹ ਬੰਦੇ ਨਹੀਂ ਮਿਲੇ, ਸਿੱਖ ਕੌਮ ਸਿੱਖਾਂ ਨੂੰ ਉਹ ਬੰਦੇ ਨਹੀਂ ਮਿਲੇ। ਅਤੇ ਮੈਂ ਤਾਂ ਕਹਾਂਗਾ ਜਿਹੜਾ ਸਾਹਿਬ ਦਾ ਬਿਆਨ ਬਿਲਕੁਲ ਠੀਕ ਹੈ ਕਿ ਜਿਹੜੀ ਇਹ ਸਿਆਸਤ ਕਰਨੀ ਸ਼ੁਰੂ ਕਰ ਦਿੰਦੇ ਆ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ, ਉੱਥੇ ਨੁਕਸਾਨ ਹੁੰਦਾ। ਹੁਣ SGPC ਦਾ ਕੰਮ ਤਾਂ ਸੀ ਨਾ, ਉਹ ਗੁਰਦੁਆਰਿਆਂ ਦੇ ਨਾਲ ਨਾਲ ਜਿਹੜੀ ਸਿੱਖਾਂ ਦੀ ਐਜੂਕੇਸ਼ਨ ਇੰਸਟੀਟਿਊਸ਼ਨ ਨੇ, ਜਿਹੜੇ ਸਾਡੇ ਹਸਪ
सिर्फ सियासत वाल ध्यान गया उन्हों का। सो इस करके मैं एग्री कराँगा जयदर साहब न, पर सिर्फ कहना गल नहीं बननी, गलत अक्सर रिजल्ट कमने ही निकलने हैं। सो अज भी इन्हों को लेट नहीं है, जो अकाली दल के लीडर साहबान ने चाहिए तो यह कि एस जी पी ठीक कर लैन सरकार, तो उन्होंने को हूँ है नहीं है तो ना ही अगली बारी होनी है। सो एस जी पी ठीक कर लगे इस वक्त तो बिल्कुल ही, मतलब देखो ना जिस तरह उन्होंने अपने कॉर्नर च पा लिया, लोगों उन्होंने घृणा हो गई है, इन्ना उन्होंने डाउन करता है कि लोग, क्योंकि जज्बाती पंजाबी बड़े जज्बाती लोग ने, क्रांतिकारी लोग ने, जज्बाती लोग ने, नहीं बख्शते, ये नहीं बख्शते, इन्हें किसी नहीं बख्शना, जो बंदा इन्हों गलत बने लगा ना भी ये गलत काम तुर पे साढ़े गए जा रहे, उन्होंने नहीं बख्शना। सो इस करके वो तो देखो तुम इन्ना माड़ा हम हाल करता, तीन सीटों से लाया है, वो दो शायद रह नहीं ने जे अली साहब ने छड़ गए या कुछ होया, पता नहीं की करने का पर्सनल मामला। भाजपा आगू हरजीत गरेवाल कहते हैं कि जी एस जी पी सी का काम से वो सी प्रचार करना है, पर श्रोमणी अकाली दल तो दोनों ने रल के जी राज दे भाल दे विच जिहड़ा प्रचार प्रसार से उन्होंने पिछे पाता, वह भी एक कारण है कि जिसके कारण अज संस्थावां सिख संस्थावां कमजोर हो गई, तुहानू भी लगता है कि एक कारण? बिल्कुल है जी, कोई शक वाली गल नहीं है, बिल्कुल ठीक गल है, क्योंकि इन्हें ध्यान ही पावर वाल आ गया, पैसे कितों कमाने, कारोबार कितों करने, धंधा कितों करना, जो धंधा कर लो या तुम चंगी सियासत कर लो, और धंधा और सियासत कट्ठे कितने दुनिया नहीं कहते चलते एक्सैप्ट थर्ड वर्ल्ड कंट्रीज़। तुम अमेरिका सोच सकते हो कि ट्रांसपोर्ट पॉलिसी तुम बनाओ तो बसा में तुम चलाओ, सोच सकते हो? साढ़े हिंदुस्तान इस तरह हो सकता कि तुम रेत भी बेचो तो रेत की पॉलिसी बनाओ, शराब भी बेचो शराब की पॉलिसी भी बनाओ, आज करते रहे इन्ने साल, इन्हें तुम पंजाब में की देना सीगा? तुम दरवाजे तुर के अंदर आ रहे हो तो मैं वेखा मैंने कितने पैसे बंदा दे के जाएगा, तो मेरा काम वाले ध्यान हट गया ना। सो ये चक्कर है, इस करके इन्होंने जो किया है माड़ा किया है, पंजाब का बहुत ज़्यादा नुकसान किया है, सानू बहुत मुश्किल ना पंजाब तां चुकना पड़ेगा सबनों, अपना तुसी प्रेस वाले हो, रिटन अपना प्रिंट मीडिया है वो कट्ठे हो के, सियासतदान कट्ठे हो के, सोशल जिहड़े मीडिया सोशल लोग ने जिहड़े सोसाइटी दे विचों उभर के आउण, रिलीजियस लीडर कट्ठे होण, सारे कट्ठे हो के सिर जोड़ के बैठिए, तां असीं पंजाब नूं किसे बन्ने अगे तोर सकदे। ਗਰੰਟੀਆਂ ਦੀ ਗੱਲ ਕਰ ਲਈਏ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਸੀ, ਇੱਕ ਗਰੰਟੀ ਤਾਂ ਜਿਹੜੀ ਕਹੀ ਜਾ ਰਹੀ ਹੈ ਕਿ 1 ਜੁਲਾਈ ਤੋਂ ਲਾਗੂ ਹੋ ਗਈ, ਬਾਕੀ ਗਰੰਟੀਆਂ ਕਦ ਤੱਕ ਪੂਰੀਆਂ ਕਰ ਲਈਆਂ? ਜਲਦੀ ਕਰਾਂਗੇ ਜੀ, ਮੈਂ ਰਾਸ਼ਨ ਦੀ ਵੀ ਦੱਸਤੀ ਹੈ, ਉਹ ਵੀ ਅਸੀਂ 1-2 ਮਹੀਨੇ ਸ਼ੁਰੂ ਕਰ ਦੇਣੀ ਹੈ, ਅਤੇ ਐਗਜੈਕਟ ਟਾਈਮ ਫਰੇਮ ਨਹੀਂ ਪਤਾ ਲੇਕਿਨ ਅਸੀਂ ਕਰ ਦੇਣੀ ਹੈ, ਅਤੇ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਸਭ ਆ ਜਾਏਗਾ ਜੀ। ਅਸੀਂ ਉਹਦੀ ਹੋਸਪਿਟਲ ਦੀ ਗੱਲ ਕੀਤੀ ਸੀਗੀ, ਸੋ ਮੁਹੱਲਾ ਕਲੀਨਿਕਸ ਬਣ ਰਹੇ ਨੇ, ਕਿਉਂਕਿ ਇਨਫਰਾਸਟਰਕਚਰ ਜਿੱਥੇ ਨਾ ਹੋਵੇ ਉੱਥੇ ਕਮਰਾ ਦੇਖੋ ਬਣਾਉਣਾ ਟਾਈਮ 'ਤੇ ਲੱਗ ਜਾਂਦਾ ਹੈ, ਤਾਂ ਵੀ ਅਸੀਂ 75 ਦਿਨ ਖੋਲ ਹੀ ਰਹੇ ਹਾਂ 15 ਅਗਸਤ ਨੂੰ। ਸੋ ਇਹ ਇਹ ਹੈ, ਸਕੂਲ ਜੋ ਸਾਡਾ ਬਿਲਕੁਲ ਧਿਆਨ ਚਲਾ ਗਿਆ, ਅਸੀਂ ਉੱਧਰ ਵੀ ਟੀਚਰਸ ਦੀ ਭਰਤੀ ਵਾਲੀ ਗੱਲ ਕਰ ਰਹੇ ਹਾਂ, ਫਿਰ ਅਸੀਂ ਕੰਸਟਰਕਸ਼ਨ ਦੀ ਪਲਾਨਸ ਕਰ ਰਹੇ ਬਣਾ ਰਹੇ ਹਾਂ। ਸੋ ਜਲਦੀ ਤੁਸੀਂ ਦੇਖੋਗੇ ਕਿ ਸਾਡੇ ਮਾਡਲ ਸਕੂਲ ਬਹੁਤ ਸੋਹਣੇ ਬਣ ਜਾਣਗੇ। ਧੰਨਵਾਦ। ਇਹ ਸਨ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ, ਜਿਨ੍ਹਾਂ ਨੇ ਆਪਣਾ 4 ਮਹੀਨੇ ਦਾ ਰਿਪੋਰਟ ਕਾਰਡ ਸਾਡੇ ਸਾਹਮਣੇ ਰੱਖਿਆ, ਤਾਂ ਪੰਜਾਬ ਦੇ ਲੋਕ ਜਿਹੜਾ ਇੰਤਜ਼ਾਰ ਕਰ ਰਹੇ ਸੀ ਕਿ ਜਿਹੜਾ ਬਦਲਾਵ ਉਹ ਲੈ ਕੇ ਆਏ ਨੇ, ਅਤੇ ਉਹ ਬਦਲਾਵ ਹੁਣ ਕਿੱਥੇ ਪਹੁੰਚਿਆ ਉਹਨਾਂ ਨੇ ਖੁੱਲ੍ਹ ਕੇ ਜਿਹੜੀ ਜਾਣਕਾਰੀ ਹੈ ਸਮਰ ਨਿਊਜ਼ 'ਤੇ ਸਾਂਝੀ ਕੀਤੀ ਹੈ। ਕੈਮਰਾਮੈਨ ਅਸ਼ਦੀਪ ਦੇ ਨਾਲ ਮੋਹਿਤ ਤਲਵਾਰ ਦਾ, ਸਮਰ ਨਿਊਜ਼, ਅੰਮ੍ਰਿਤਸਰ।